ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਜਗਰਾਜਦੀਪ ਸਿੰਘ ਇਸ ਸ਼ੋਅ ਵਿੱਚ ਸਵਾਗਤ ਕਰਦਾ। ਕੈਨੇਡਾ ਦੇ 2019 ਫੈਡਰਲ ਚੋਣਾਂ ਦੇ ਮੱਦੇਨਜ਼ਰ ਇਸ ਸ਼ੋਅ ਵਿੱਚ ਅਸੀਂ ਵੱਖ-ਵੱਖ ਰਾਈਡਿੰਗਸ ਦੇ ਵਿੱਚੋਂ ਹਰ ਇੱਕ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਨੂੰ ਤੁਹਾਡੇ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਕੜੀ ਦੇ ਮੱਦੇਨਜ਼ਰ ਅੱਜ ਬ੍ਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ MP ਰੂਬੀ ਸਹੋਤਾ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। ਆਓ ਇਹਨਾਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਚੋਣਾਂ ਦੇ ਮੱਦੇਨਜ਼ਰ ਇਹਨਾਂ ਦੀ ਕੀ ਤਿਆਰੀ ਹੈ ਅਤੇ ਕੀ ਰਣਨੀਤੀ ਹੈ। ਰੂਬੀ ਜੀ, ਤੁਹਾਡਾ ਪ੍ਰਾਈਮੇਸ਼ਰ ਟੀਵੀ 'ਤੇ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਜੀ। ਥੈਂਕ ਯੂ ਫੋਰ ਹੈਵਿੰਗ ਮੀ ਔਨ। ਕਰੀਬਨ 4 ਸਾਲ ਦਾ ਸਮਾਂ ਨਿਕਲ ਗਿਆ, 100 ਦਿਨ ਤੋਂ ਵੀ ਘੱਟ ਰਹਿ ਗਏ ਨੇ। ਹਾਲੇ ਤੱਕ ਦੀਆਂ ਕਾਰਗੁਜ਼ਾਰੀਆਂ ਵੱਲ ਆਪਾਂ ਦੇਖੀਏ ਤਾਂ ਕਿੰਨੇ ਕੁ ਤੁਸੀਂ ਸੈਟਿਸਫਾਈਡ ਲੱਗਦੇ ਹੋ ਕਿ ਵੀ ਕਿੰਨਾ ਕੁਝ ਅਚੀਵ ਕਰ ਲਿੱਤਾ? ਹਾਂਜੀ, ਮੈਂ ਕਾਫੀ ਸੈਟਿਸਫਾਈਡ ਹੈਗੀ ਹਾਂ। ਆਫਕੋਰਸ ਜਿਹੜੇ ਸਭ ਤੋਂ ਜ਼ਿਆਦਾ ਸਾਨੂੰ ਜ਼ਰੂਰੀ ਐਜ਼ ਅ ਮੈਂਬਰ ਆਫ ਪਾਰਲੀਮੈਂਟ, ਸਾਡੇ ਜਿਹੜੇ ਕੰਸਟੀਚੂਐਂਟਸ ਨੇ ਉਹ ਆਪਦੇ ਇੰਡੀਵਿਜੁਅਲ ਕੇਸਿਸ ਲੈ ਕੇ ਆਉਂਦੇ ਹੈਗੇ ਆ ਸਾਡੇ ਦਫ਼ਤਰ। ਜਦੋਂ ਉਹਨਾਂ ਦਾ ਕੋਈ ਕੰਮ ਕਰ ਨਹੀਂ ਪਾਉਂਦੇ ਹੈਗੇ ਉਦੋਂ ਸਾਨੂੰ ਦੁੱਖ ਹੁੰਦਾ, ਸੈਟਿਸਫੈਕਸ਼ਨ ਨਹੀਂ ਫੀਲ ਹੁੰਦੀ। ਪਰ ਓਵਰਆਲ ਹੁਣ ਕਿਉਂਕਿ ਇਲੈਕਸ਼ਨ ਨੇੜੇ ਆ ਰਹੀ ਹੈਗੀ ਆ, ਲੋਕ ਪੁੱਛ ਰਹੇ ਹੈਗੇ ਨੇ ਵੀ ਤੁਹਾਨੂੰ ਕੀ ਲੋਕਾਂ ਦੀ ਮੰਗ ਕੀ ਸੀ ਜਦੋਂ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਗਿਆ ਸੀ, ਉਹਨਾਂ ਦੀ ਕੀ ਡਿਜ਼ਾਇਰ ਸੀਗੀ ਥੋਤੋਂ। ਐਂਡ ਹੁਣ ਮੈਂ ਜਦੋਂ ਬੈਠ ਕੇ ਰਿਫਲੈਕਟ ਕਰ ਰਹੀ ਹੈਗੀ ਹਾਂ ਵੀ ਉਹਨਾਂ ਦੀ ਕੀ ਡਿਜ਼ਾਇਰ ਸੀ, ਉਹ ਇੱਦਾਂ ਦੀ ਕੋਈ ਇੱਕ ਅੱਧੀ ਗੱਲ ਦੀ ਉਹ ਮੰਗ ਨਹੀਂ ਸੀਗੀ। ਉਹ ਮੇਨਲੀ ਚਾਹੁੰਦੇ ਹੈਗੇ ਨੇ ਵੀ ਸਾਡਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਸਾਨੂੰ ਰੈਪ੍ਰਜੈਂਟ ਕਰਦਾ ਹੈਗਾ ਉਹ ਵਧੀਆ ਸਾਡੇ ਨਾਲ ਕਮਿਊਨੀਕੇਟ ਕਰੇ, ਅਵੇਲੇਬਲ ਹੋਵੇ, ਸਾਡੀ ਗੱਲਬਾਤ ਸੁਣੇ, ਸਾਡਾ ਦਰਦ ਸਮਝੇ, ਜਾਂ ਇਸ਼ੂਜ਼ ਜਾਂ ਪ੍ਰੋਬਲਮਸ ਨੂੰ ਟੈਕਲ ਕਰਨ ਦੀ ਉਹਦੇ ਵਿੱਚ ਹਿੰਮਤ ਹੋਵੇ, ਨੌਲੇਜ ਹੋਵੇ, ਇੰਟੈਲੀਜੈਂਸ ਹੋਵੇ, ਐਂਡ ਉਸ ਚੀਜ਼ਾਂ ਨੂੰ ਰੀਲੇ ਕਰਨਾ ਆਪ ਕਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਕਰਨਾ ਜਾਂ ਆਪਦੀ ਕੌਕਸ ਦੇ ਵਿੱਚ ਕਿਸ ਤਰ੍ਹਾਂ ਕਰਨਾ ਹੈਗਾ, ਉਹ ਚੀਜ਼ ਚਾਹੁੰਦੇ ਹੈਗੇ ਆ ਲੋਕ। ਪੀਪਲ ਵਾਂਟ ਟੂ ਹੈਵ ਅ ਰੈਪ੍ਰਜੈਂਟੇਟਿਵ। ਇਸ਼ੂਜ਼ ਤਾਂ ਟਾਈਮ ਟੂ ਟਾਈਮ ਬਦਲਦੇ ਜਾਂਦੇ ਹੈਗੇ ਆ, ਰਾਈਟ? ਕਦੇ ਕੋਈ ਚੀਜ਼ ਦੀ ਮੰਗ ਆ, ਕਦੇ ਕਾਸੇ ਦੀ ਹੁੰਦੀ ਹੈਗੀ ਆ। ਪਰ ਜੇ ਤੁਹਾਡਾ ਮੈਂਬਰ ਆਫ ਪਾਰਲੀਮੈਂਟ, ਤੁਹਾਡਾ ਰੈਪ੍ਰਜੈਂਟੇਟਿਵ ਹਿੰਮਤ ਰੱਖਦਾ ਹੈਗਾ ਹਮੇਸ਼ਾ ਐਂਸਰ ਕਰਨ ਨੂੰ, ਕੋਈ ਵੀ ਡਿਫੀਕਲਟ ਕੁਐਸਚਨਸ ਵੀ ਆਉਂਦੇ ਹੈਗੇ ਹਰ ਇੱਕ ਗਵਰਨਮੈਂਟ ਦੇ ਸਾਹਮਣੇ, ਸੋ ਆਈ ਥਿੰਕ ਦੈਟਸ ਮਾਈ ਬਿਗੈਸਟ ਅਚੀਵਮੈਂਟ। ਮੈਂ ਬਹੁਤ ਸੈਟਿਸਫਾਈਡ ਹੈਗੀ ਹਾਂ ਵੀ ਜਦੋਂ ਵੀ ਮੈਨੂੰ ਕਿਤੇ ਵੀ ਕੋਈ ਜਗ੍ਹਾ ਬੁਲਾਇਆ ਗਿਆ ਹੈਗਾ, ਭਾਵੇਂ ਮੀਡੀਆ 'ਤੇ ਬੁਲਾਇਆ ਜਾਂਦਾ ਹੈਗਾ ਆ, ਮੀਡੀਆ ਦੇ ਥਰੂ ਲੋਕ ਸਾਡੀ ਆਵਾਜ਼ ਸੁਣ ਸਕਦੇ ਹੈਗੇ ਆ, ਸਾਡੇ ਖਿਆਲ ਸੁਣ ਸਕਦੇ ਹੈਗੇ ਨੇ, ਐਂਡ ਜਦੋਂ ਕੋਈ ਪਬਲਿਕ ਇਵੈਂਟ 'ਤੇ ਵੀ ਬੁਲਾਇਆ ਜਾਂਦਾ ਹੈਗਾ ਭਾਵੇਂ ਕੋਈ ਟਫ ਕੁਐਸਚਨਸ ਐਂਸਰ ਕਰਨ ਲਈ, ਮੈਂ ਹਮੇਸ਼ਾ ਉੱਥੇ ਪਹੁੰਚਦੀ ਹੈਗੀ ਹਾਂ। ਆਈ ਥਿੰਕ ਇਹੀ ਲੋਕ ਆਪਣੇ ਮੈਂਬਰ ਆਫ ਪਾਰਲੀਮੈਂਟ ਤੋਂ ਸਭ ਤੋਂ ਜ਼ਿਆਦਾ ਚਾਹੁੰਦੇ ਹੈਗੇ। ਤੁਸੀਂ ਜੇ ਆਪਾਂ ਬ੍ਰੈਂਪਟਨ ਦੇ ਵਿੱਚ ਗੱਲ ਕਰੀਏ ਕੁਛ ਕੈਂਪਸ ਨਾਲ, ਤੁਸੀਂ ਸਭ ਤੋਂ ਵੱਧ ਅਪਰੋਚੇਬਲ ਮਹਿਸੂਸ ਕੀਤੇ ਜਾਂਦੇ ਹੋ, ਇਸ 'ਚ ਕੋਈ ਸ਼ੱਕ ਨਹੀਂ ਹੈ। ਪਰ ਜਦੋਂ ਆਪਾਂ ਕੈਨੇਡਾ ਲੈਵਲ 'ਤੇ ਗੱਲਬਾਤ ਕਰਦੇ ਹਾਂ, ਕੈਨੇਡੀਅਨਸ ਵਾਸਤੇ ਜਿਹੜੇ ਮੁੱਦਿਆਂ ਦੀ ਗੱਲ ਹੁੰਦੀ ਹੈ, ਕੁਛ ਇੱਕ ਉਹਨਾਂ ਨੂੰ ਕੁਛ ਨਵੇਂ ਪ੍ਰੋਗਰਾਮਸ ਲੈ ਕੇ ਆਏ ਹੋ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਦੀ ਕਾਰਗੁਜ਼ਾਰੀ 'ਤੇ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦੀ ਗਵਰਨਮੈਂਟ ਦੀ ਸਾਡੀ ਜਿਹੜੀਆਂ ਅਚੀਵਮੈਂਟਸ ਹੈਗੀਆਂ ਨੇ, ਅਕੋਂਪਲਿਸ਼ਮੈਂਟਸ, ਤੁਸੀਂ ਇਸ ਇਲੈਕਸ਼ਨ ਦੇ ਵਿੱਚ ਉਹਦੇ 'ਤੇ ਕਾਫੀ ਗੱਲਬਾਤ ਹੋਊਗੀ। ਓਬਵੀਅਸਲੀ ਉਹਨਾਂ ਨੇ ਸਾਡੇ ਜਿਹੜੇ 4 ਸਾਲ ਨੇ ਉਹ ਮੈਜ਼ਰ ਕਰਨਾ ਹੈਗਾ, ਇਕਾਨਮੀ ਜੋ ਹੈਗੀ ਆ ਉਦੋਂ 4 ਸਾਲ ਜਦੋਂ ਅਸੀਂ ਗਵਰਨਮੈਂਟ ਦੇ ਵਿੱਚ ਆਏ ਸੀਗੇ ਉਸ ਤੋਂ ਕਿਤੇ ਤੇਜ਼ੀ ਨਾਲ ਅੱਜ ਇਕੋਨਮੀ ਚੱਲ ਰਹੀ ਹੈਗੀ ਆ, 1 ਮਿਲੀਅਨ ਜੋਬਸ ਕ੍ਰੀਏਟ ਹੋਏ ਹੈਗੇ ਨੇ ਪਿਛਲੇ 4 ਸਾਲਾਂ ਦੇ ਵਿੱਚ, ਅਨਇੰਪਲੋਇਮੈਂਟ ਰੈਕਡ ਬ੍ਰੇਕਿੰਗ ਲੋ 'ਤੇ ਹੈਗੀ ਆ, ਸੋ ਅੱਜ ਤੱਕ ਜਦੋਂ ਤੋਂ ਅਨਇੰਪਲੋਇਮੈਂਟ ਲੈਵਲਸ ਮੈਜ਼ਰ ਕਰਦੇ ਆ ਰਹੇ ਹੈਗੇ ਨੇ, ਸਭ ਤੋਂ ਲੋ ਅਨਇੰਪਲੋਇਮੈਂਟ ਅੱਜ ਹੈਗੀ ਆ, ਮਤਲਬ ਜੋਬ ਕ੍ਰੀਏਸ਼ਨ ਇਜ਼ ਬੂਮਿੰਗ। ਐਂਡ ਇਸ ਤੋਂ ਵੱਧ ਲੋਕਾਂ ਨੂੰ ਕੀ ਚਾਹੀਦਾ ਹੈਗਾ, ਰਾਈਟ? ਦਿਸ ਇਜ਼ ਦ ਨੰਬਰ 1 ਕੰਸਰਨ ਜਦੋਂ ਮੈਂ ਕਿਸੇ ਦੇ ਡੋਰ 'ਤੇ ਜਾਂਦੀ ਹੈਗੀ ਹਾਂ ਵੀ ਸਾਡੇ ਬੱਚਿਆਂ ਨੂੰ ਚੰਗੀ ਜੋਬ ਮਿਲੇ, ਸਾਨੂੰ ਚੰਗੀ ਜੋਬ ਮਿਲੇ। ਇਟਸ ਅ ਨੈਸੈਸਰੀ ਫੋਰ ਐਵਰੀ ਵਨ, ਐਂਡ ਬਾਕੀ ਸਾਡੇ ਬੱਚਿਆਂ ਨੂੰ ਪ੍ਰੋਗਰਾਮਸ ਐਂਡ ਸੋਸ਼ਲ ਸਪੋਰਟਸ ਵੀ ਮਿਲਣ। ਸੋ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਹੀ ਰਹੇ ਹੈਗੇ ਹੋ ਜੋ ਸਟਾਈਲ ਡਗ ਫੋਰਡ ਦੀ ਗਵਰਨਮੈਂਟ ਦਾ ਹੈਗਾ ਆ, ਇੱਕ ਕੰਜ਼ਰਵੇਟਿਵ ਗਵਰਨਮੈਂਟ ਹੈਗੀ ਆ, ਉਹ ਸਪੋਰਟਸ ਨੂੰ ਕੱਟ ਕਰਦੀ ਜਾ ਰਹੀ ਹੈਗੀ ਆ, ਆਪਾਂ ਇੱਕ ਚੀਜ਼ ਦੇ ਹੀ ਕੰਪੈਰੀਸਨ ਲਾ ਸਕਦੇ ਹੈਗੇ ਹੋ। ਬੱਚਿਆਂ ਦੀ ਤੁਸੀਂ ਲੋਨਸ ਦਾ ਹੀ ਦੇਖ ਲਓ, ਸਟੂਡੈਂਟ ਲੋਨਸ ਦਾ, ਇਹ ਬਹੁਤ ਵੱਡਾ ਮਸਲਾ ਹੈਗਾ ਘਰ ਟੂ ਘਰ, ਵੀ ਅਸੀਂ ਆਪਣੇ ਬੱਚਿਆਂ ਦੀ ਯੂਨੀਵਰਸਿਟੀ ਲਈ ਕਿਸ ਤਰ੍ਹਾਂ ਪੇ ਕਰਨਾ, ਕਾਲਜ ਲਈ ਕਿਸ ਤਰ੍ਹਾਂ ਪੇ ਕਰਨਾ ਹੈਗਾ। ਬੱਚੇ ਮਜ਼ਾਰੇ ਕਰ ਰਹੇ ਹੈਗੇ ਨੇ ਅੱਜ ਕੱਲ੍ਹ ਵੀ ਸਾਡੀ ਜਿਹੜੀ ਉਸ ਐਪ ਦੀਆਂ ਬਦਲੀਆਂ ਗਈਆਂ ਹੈਗੀਆਂ ਨੇ ਰੂਲਸ ਜੋ ਹੈਗੇ ਨੇ ਡਗ ਫੋਰਡ ਦੇ ਥਰੂ। ਅਸੀਂ ਜੋ ਕੀਤਾ ਹੈਗਾ ਉਹ ਬਿਲਕੁਲ ਓਪੋਜ਼ਿਟ ਕੀਤਾ ਹੈਗਾ। ਸੋ ਜਿਹੜਾ 6 ਮਹੀਨੇ ਤੁਹਾਨੂੰ ਗ੍ਰੇਸ ਪੀਰੀਅਡ ਮਿਲਦਾ ਹੈਗਾ ਉਹ ਅਸੀਂ ਕੱਟਿਆ ਨਹੀਂ ਹੈਗਾ ਸਮਾਂ, ਅਤੇ ਅਸੀਂ ਇਹ ਕਰ ਦਿੱਤਾ ਵੀ ਉਹਦੇ ਵਿੱਚ ਪਹਿਲਾਂ ਇੰਟਰਸਟ ਸ਼ੁਰੂ ਹੋ ਜਾਂਦੀ ਸੀ, ਜਿੱਦਾਂ ਤੁਸੀਂ ਗ੍ਰੈਜੂਏਟ ਹੁੰਦੇ ਸੀਗੇ ਤੁਹਾਡੀ ਇੰਟਰਸਟ ਸ਼ੁਰੂ ਹੋ ਜਾਂਦੀ ਸੀ, ਮੇਰੀ ਵੀ ਇਸ ਤਰ੍ਹਾਂ ਹੀ ਸੀਗਾ। ਪਰ ਅਸੀਂ ਉਹ ਇੰਟਰਸਟ ਬੰਦ ਕਰ ਦਿੱਤੀ ਹੈਗੀ ਆ ਵੀ ਉਹ ਜਿਹੜਾ 6 ਮਹੀਨੇ ਦਾ ਗ੍ਰੇਸ ਪੀਰੀਅਡ ਆ, ਨਾ ਤਾਂ ਸਾਨੂੰ ਕੋਈ ਪੇਮੈਂਟ ਦੇਣੀ ਪੈਂਦੀ ਆ, ਨਾ ਤੁਹਾਨੂੰ ਇੰਟਰਸਟ ਸ਼ੁਰੂ ਹੋਊਗਾ, ਅਤੇ ਉਸ ਤੋਂ ਬਾਅਦ ਵੀ ਜੇ ਤੁਹਾਨੂੰ $25,000 ਦੀ ਜੋਬ ਨਹੀਂ ਮਿਲਦੀ ਹੈਗੀ ਤੁਹਾਨੂੰ ਕੋਈ ਵੀ ਪੇਮੈਂਟ ਨਹੀਂ ਕਰਨ ਦੀ ਲੋੜ ਹੈਗੀ ਉਹਨਾਂ ਚਿਰ। ਉਸ ਤੋਂ ਬਾਅਦ ਜੇ ਤੁਹਾਨੂੰ ਜੋਬ ਮਿਲ
ਮਿਲਦੀ ਵੀ ਹੈਗੀ ਆ ਵੀ ਆਰ ਗੋਇੰਗ ਟੂ ਗ੍ਰੈਜੂਅਲੀ ਟੇਕ ਪੇਮੈਂਟਸ ਅਕੋਰਡਿੰਗ ਟੂ ਯੋਰ ਇਨਕਮ ਲੈਵਲ ਸੋ ਅਸੀਂ ਚਾਹੁੰਦੇ ਹੈਗੇ ਹਾਂ ਵੀ ਸਾਰੀ ਕਮਿਊਨਿਟੀ ਨੂੰ ਅਪਲਿਫਟ ਕੀਤਾ ਜਾਵੇ ਦੈਟਸ ਆਲਵੇਜ਼ ਬੀਨ ਅ ਵੈਲਿਊ ਆਫ ਦ ਲਿਬਰਲ ਪਾਰਟੀ ਵੀ ਵੈਦਰ ਯੂ ਲੁੱਕ ਐਟ ਆਰ ਯੂਨੀਵਰਸਲ ਹੈਲਥ ਕੇਅਰ ਜਦੋਂ ਸ਼ੁਰੂ ਹੋਈ ਸੀਗੀ ਵੀ ਵਾਂਟ ਟੂ ਮੇਕ ਸ਼ੋਰ ਐਵਰੀ ਵਨ ਬੈਨੀਫਿਟਸ ਰਾਈਟ ਐਂਡ ਸੋ ਦੈਟਸ ਦ ਥਿੰਗ ਵੀ ਹੈਵ ਟੂ ਮੇਕ ਸ਼ੋਰ ਹੁਣ ਸਾਡੀ ਪੋਲਿਸੀਜ਼ ਨੂੰ ਤੁਸੀਂ ਜੇ ਦੇਖੋ ਸਭ ਤੋਂ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਇਹ ਹੈਗੀ ਆ ਵੀ 800,000 ਲੋਕ ਕੈਨੇਡਾ ਦੇ ਵਿੱਚ ਪਾਵਰਟੀ ਤੋਂ ਬਾਹਰ ਆਏ ਹੈਗੇ ਨੇ ਗਰੀਬੀ ਦੇ ਵਿੱਚੋਂ ਬਾਹਰ ਨਿਕਲੇ ਹੈਗੇ ਆ ਦਿਸ ਇਜ਼ ਅ ਰੀਅਲੀ ਗੁੱਡ ਥਿੰਗ ਬਿਕਾਜ਼ ਜਿਹੜੀ ਕੰਟਰੀਜ਼ ਦੇ ਵਿੱਚ ਅਮੀਰੀ ਅਤੇ ਗਰੀਬੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ ਦੋਜ਼ ਕੰਟਰੀਜ਼ ਕੈਨ ਨੈਵਰ ਬੀ ਫੁੱਲੀ ਸਕਸੈਸਫੁਲ ਦੈਟਸ ਵਾਈ ਪੀਪਲ ਕਮ ਟੂ ਕੈਨੇਡਾ ਦੈਟਸ ਵਾਈ ਦੇ ਵਾਂਟ ਟੂ ਲਿਵ ਹੇਅਰ ਬਿਕਾਜ਼ ਇੱਥੇ ਹਰੇਕ ਨੂੰ ਇੱਕ ਓਪਰਚੁਨਿਟੀ ਮਿਲਦੀ ਹੈ ਇੱਕ ਹੋਰ ਜਿਹੜਾ ਵੱਡਾ ਮੁੱਦਾ ਇਸ ਦੌਰਾਨ ਵਿੱਚ ਆਇਆ ਤੇ ਇਲੈਕਸ਼ਨ ਵਿੱਚ ਇੱਕ ਵੱਡਾ ਮੁੱਦਾ ਬਣਨ ਲੱਗਣਾ ਹੈ ਉਹ ਹੈਗਾ ਹਾਊਸਿੰਗ ਅਫੋਰਡੇਬਿਲਟੀ ਨੂੰ ਲੈ ਕੇ ਹਾਊਸਿੰਗ ਅਫੋਰਡੇਬਿਲਟੀ ਵਾਸਤੇ ਤੁਸੀਂ ਇੱਕ ਇਨਸੈਂਟਿਵ ਨਵਾਂ ਪਲਾਨ ਵੀ ਲੈ ਕੇ ਆਉਂਦੇ ਨਿਊ ਹੋਮ ਬਾਇਰ ਹੈਗੇ ਨੇ ਉਹ ਇਸ ਤਰ੍ਹਾਂ ਸੀਗਾ ਕਿ 4 ਲੱਖ ਤੱਕ ਦੇ ਘਰ ਜਿਹੜੇ ਹੋਣਗੇ ਵੀ 10% ਨਵੇਂ ਘਰ ਤੇ 5% ਪੁਰਾਣੇ ਘਰ ਤੇ ਦੇਵਾਂਗੇ ਇਸ ਤੇ ਵੀ ਹੁਣ ਕਾਫੀ ਡਿਬੇਟ ਹੁੰਦੀ ਰਹੀ ਹੈ ਤੇ ਆਉਂਦੇ ਸਮੇਂ 'ਚ ਵੀ ਹੋਗੀ ਵੀ ਜਿਹੜੇ ਮੇਨ ਪਾਪੂਲੇਸ਼ਨ ਵਾਲੇ ਟੋਰਾਂਟੋ ਵੈਨਕੂਵਰ ਮੈਟਰੋਪੋਲੀਟਨ ਸਿਟੀਜ਼ ਹੈਗੀਆਂ ਉਹਨਾਂ 'ਚ ਇਸ ਰੇਂਜ ਦੇ ਵਿੱਚ ਕੋਈ ਘਰ ਘੁਰ ਆਉਂਦਾ ਹੀ ਨਹੀਂ ਹੈਗਾ ਇਸ ਨੂੰ ਵੀ ਜੇ ਪਾਸੇ ਰੱਖ ਦਈਏ ਜਦੋਂ ਹੁਣ ਰੂਪਰੇਖਾ ਸਾਹਮਣੇ ਆ ਰਹੀ ਹੈ ਇਸ ਪਲਾਨ ਦੀ ਇਹਦੇ 'ਚ ਕੀ ਵੇਖਣ ਨੂੰ ਮਿਲ ਰਿਹਾ ਹੈ ਕਿ ਵੀ ਸਰਕਾਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਪਾਰਟਨਰਸ਼ਿਪ ਕਰ ਰਹੀ ਹੈ 10% ਜੇ ਅੱਜ ਲੈਟ ਸੇ 4 ਲੱਖ ਦੇ ਘਰ ਤੇ 10% ਉਹਨਾਂ ਨੇ 40,000 ਦੇਣਾ ਹੈ ਉਹ 4 ਲੱਖ ਦਾ ਘਰ ਜਦੋਂ 8 ਲੱਖ ਦਾ ਵੇਖਣਾ ਤਾਂ 40,000 ਵਾਪਸ ਨਹੀਂ ਲੈਣਾ ਸਰਕਾਰ ਨੇ 80,000 ਵਾਪਸ ਦੇਖੋ ਉਹ ਪੈਸੇ ਦੇ ਰਹੇ ਹੈਗੇ ਨੇ ਤੁਹਾਨੂੰ ਟੂ ਮੇਕ ਸ਼ੋਰ ਯੂ ਕੈਨ ਗੈਟ ਇਨ ਟੂ ਦ ਮਾਰਕੀਟ ਇਸ ਤਰ੍ਹਾਂ ਦੇ ਲੋਕ ਹੈਗੇ ਜਿਹੜੇ ਮਾਰਕੀਟ ਦੇ ਵਿੱਚ ਵੜਨ ਦਾ ਸੋਚ ਨਹੀਂ ਸਕਦੇ ਹੈਗੇ ਸੋ ਓਪਰਚੁਨਿਟੀ ਨੂੰ ਵੇਖ ਕੇ ਸਰਕਾਰ ਨੇ ਪਾਰਟਨਰਸ਼ਿਪ ਕਰਨ ਦੀ ਸੋਚ ਲਈ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੱਕੇ ਯੂ ਆਰ ਗੋਇੰਗ ਟੂ ਗੈਟ ਦੈਟ ਮਨੀ ਇੰਟਰਸਟ ਫ੍ਰੀ ਤੁਹਾਨੂੰ ਕੋਈ ਪੇਮੈਂਟ ਦੇਣ ਦੀ ਲੋੜ ਨਹੀਂ ਹੈਗੀ ਸੋ ਇਹਦਾ ਕੋਈ ਫਾਇਦਾ ਨਹੀਂ ਉਠਾ ਰਿਹਾ ਹੈਗਾ ਸਮਾਂ ਤੇ ਸਰਕਾਰ ਤੁਹਾਨੂੰ ਫਾਇਦਾ ਦੇ ਰਹੀ ਹੈਗੀ ਆ ਵੀ ਜਿੰਨੇ ਸਾਲ ਤੁਸੀਂ ਭਾਵੇਂ 20 ਸਾਲ ਉਸ ਘਰ ਦੇ ਵਿੱਚ ਰਹੋ ਭਾਵੇਂ 5 ਸਾਲ ਉਸ ਘਰ ਦੇ ਵਿੱਚ ਰਹੋ ਭਾਵੇਂ ਆਪਣੀ ਸਾਰੀ ਜ਼ਿੰਦਗੀ ਰਾਈਟ ਆਈ ਮੀਨ ਨੋ ਆਈ ਥਿੰਕ 20 ਈਅਰਸ ਇਜ਼ ਦ ਮੈਕਸ ਔਰ ਸਮਥਿੰਗ ਸੋ ਅਪ ਟੂ 20 ਈਅਰਸ ਯੂ ਕੈਨ ਸਟੇ ਇਨ ਦੈਟ ਹੋਮ ਐਂਡ ਨੋਟ ਹੈਵ ਟੂ ਪੇ ਐਨੀਥਿੰਗ ਟੂ ਦ ਗਵਰਨਮੈਂਟ ਜੇ ਤੁਹਾਨੂੰ ਐਂਡ ਆਫ ਦ ਡੇ ਫਾਇਦਾ ਹੋ ਰਿਹਾ ਮਾਰਕੀਟ ਵੈਲਿਊ ਵੱਧ ਰਹੀ ਹੈਗੀ ਆ ਉਸ ਪਰਸੈਂਟੇਜ ਨਾਲ ਜੋ 100% ਉਹਨਾਂ ਨੇ ਤੁਹਾਨੂੰ ਦਿੱਤਾ ਉਸ ਪਰਸੈਂਟੇਜ ਉਹਨਾਂ ਨੇ ਵਾਪਸ ਲੈਣਾ ਹੈਗਾ ਬਟ ਦੇ ਆਲਸੋ ਗੇਵ ਯੂ ਯੂਰ ਸਟਾਰਟ ਟੂ ਗੈਟ ਇਨ ਟੂ ਦੈਟ ਫਸਟ ਹੋਮ ਜਿਤੋਂ ਬਿਨਾਂ ਯੂ ਵੁਡ ਨੋਟ ਹੈਵ ਬਿਨ ਏਬਲ ਟੂ ਗੈਟ ਦੇਅਰ ਸੋ ਦੈਟ ਇਜ਼ ਰੀਅਲੀ ਇੰਪੋਰਟੈਂਟ ਟੂ ਪ੍ਰੋਵਾਈਡ ਪੀਪਲ ਦ ਸਪੋਰਟਸ ਜੇ ਉਹਨਾਂ ਨੂੰ ਲੋੜ ਨਹੀਂ ਹੈਗੀ ਦੈਨ ਦੇ ਡੋਂਟ ਹੈਵ ਟੂ ਟੇਕ ਇਟ ਰਾਈਟ ਦਿਸ ਇਜ਼ ਨੋਟ ਬੀਂਗ ਫੋਰਸਡ ਔਨ ਐਨੀਬਾਡੀ ਜਦੋਂ ਅਸੀਂ ਹੁਣ ਇਹ ਇਲੈਕਟ੍ਰਿਕ ਕਾਰ ਦਾ ਇਨਸੈਂਟਿਵ ਦਿੱਤਾ ਜਦ ਹੀ ਓਵਰਨਾਈਟ ਕੁਛ ਕੰਪਨੀਜ਼ ਨੇ ਆਪਦੀ ਕਾਰ ਦੀਆਂ ਪ੍ਰਾਈਸਿਸ ਥੱਲੇ ਕਰ ਦਿੱਤੀਆਂ ਸੀਗੀਆਂ ਵੀ ਅਸੀਂ ਚਾਹੁੰਦੇ ਹੈਗੇ ਹਾਂ ਵੀ ਜਿਹੜੇ ਸਾਡੇ ਬਾਇਰਸ ਨੇ ਉਸ ਇਨਸੈਂਟਿਵ ਦਾ ਫਾਇਦਾ ਲੈ ਕੇ ਸਾਡੀ ਕਾਰ ਬਾਏ ਕਰਨ ਰਾਈਟ ਇਸ ਤਰ੍ਹਾਂ ਹੀ ਘਰਾਂ ਦੀ ਜਿਹੜੀ ਵੈਲਿਊ ਹੈਗੀ ਆ ਦੇਰ ਆਰ ਬਿਲਡਰਸ ਬਿਲਡਿੰਗ ਮੋਰ ਅਫੋਰਡੇਬਲ ਹੋਮਸ ਕਿਉਂਕਿ ਉਹ ਚਾਹੁੰਦੇ ਹੈਗੇ ਆ ਵੀ ਇਸ ਸਪਟੈਂਬਰ ਦੇ ਵਿੱਚ ਜਿਹੜਾ ਹੋਮ ਬਾਇਰਸ ਇਨਸੈਂਟਿਵ ਹੈਗਾ ਇਹਨੂੰ ਯੂਜ਼ ਕਰਕੇ ਸਾਡੀ ਜਿਹੜਾ ਹੋਮ ਅਸੀਂ ਬਿਲ ਕੀਤਾ ਉਹਨੂੰ ਖਰੀਦਿਆ ਜਾਵੇ ਰਾਈਟ ਸੋ ਦੀਜ਼ ਆਰ ਗੁੱਡ ਪੋਲਿਸੀਜ਼ ਐਂਡ ਇਹਦਾ ਬਹੁਤ ਧਿਆਨ ਦਿੱਤਾ ਜਾਂਦਾ ਹੈਗਾ ਬਾਏ ਐਕਸਪਰਟਸ ਰਾਈਟ ਨਾਟ ਜਸਟ ਯੂ ਔਰ ਮੀ ਈਵਨ ਬਟ ਬਾਏ ਦੋਜ਼ ਦੈਟ ਆਰ ਲੁਕਿੰਗ ਐਟ ਦ ਨੈਸ਼ਨਲ ਨੰਬਰਸ ਐਂਡ ਮੈਂ 2 ਹਫ਼ਤੇ ਪਹਿਲਾਂ ਹੀ ਗਾਰਡੀਅਨ ਦੇ ਵਿੱਚ ਪੜ੍ਹਿਆ ਹੈਗਾ ਵੀ ਜੋ ਸੇਲਸ ਬਰੈਂਪਟਨ ਦੇ ਵਿੱਚ ਆਫ ਹੋਮਸ ਹੋਈਆਂ ਹੈਗੀਆਂ ਨੇ ਇਟ ਇਜ਼ ਬਿਨ ਐਟ ਅ ਵੈਰੀ ਹਾਈ ਰੈਕਰਡ ਦਿਸ ਈਅਰ ਐਂਡ ਸੋ ਯੈਸ ਵੀ ਆਰ ਹੀਅਰਿੰਗ ਡਿਫਰੈਂਟ ਥਿੰਗਸ ਫਰੋਮ ਮੋਰਗੇਜ ਬ੍ਰੋਕਰਸ ਬਟ ਵੈਨ ਯੂ ਲੁੱਕ ਐਟ ਦ ਨੰਬਰਸ ਵੀ ਆਰ ਸਟਿਲ ਇਨਕਰੀਸਿੰਗ ਸੇਲਸ ਐਂਡ ਦੈਟ ਇਜ਼ ਇੰਪੋਰਟੈਂਟ ਫਸਟ ਟਾਈਮ ਬਾਇਰ ਲਈ ਦੇਖੋ ਜ਼ਰੂਰੀ ਨਹੀਂ ਹੈਗਾ ਵੀ ਉਹ $2 million ਦਾ ਘਰ ਖਰੀਦੇ ਰਾਈਟ ਦੇ ਜਸਟ ਨੀਡ ਟੂ ਗੈਟ ਦੇਅਰ ਫੁੱਟ ਇਨ ਟੂ ਦ ਮਾਰਕੀਟ ਉਸ ਤੋਂ ਬਾਅਦ ਉਹਨਾਂ ਨੂੰ ਮਾਰਕੀਟ ਦੇ ਵਿੱਚ ਇੱਕ ਵਾਰ ਵੜ ਜਾਂਦੇ ਹੈਗੇ ਆ ਦੇ ਕੈਨ ਅਪਗ੍ਰੇਡ ਓਵਰ ਟਾਈਮ ਰਾਈਟ ਤੁਹਾਡੇ ਲਿਬਰਲ ਕੋਲੀਗ ਰਹੇ ਨੇ ਜੋਡੀ ਵਿਲਸਨ ਰੇ ਬੋਲਟ ਪਹਿਲਾਂ ਤੁਹਾਡੇ ਨਾਲ ਕਾਕਸ ਸੀਗੇ ਹੁਣ ਜੋ ਸਭ ਕੁਝ ਸਿਨੈਰੀਓ ਬਣਿਆ ਸਾਰਿਆਂ ਨੂੰ ਪਤਾ ਹੀ ਹੈ ਹੁਣ ਉਹ 30 ਸਤੰਬਰ ਨੂੰ ਇੱਕ ਬੁੱਕ ਰਿਲੀਜ਼ ਕਰ ਰਹੇ ਨੇ ਜਿਸ ਵਿੱਚ ਸਾਰੀ ਗੱਲ ਆਪਣੇ ਪੱਖ ਤੋਂ ਦੱਸਣ ਦੀ ਗੱਲ ਕਰ ਰਹੇ ਨੇ ਟਾਈਮਿੰਗ ਬਾਰੇ ਤੁਸੀਂ ਕੀ ਕਹੋਗੇ ਚੋਣਾਂ 'ਤੇ ਕਾਫੀ ਕਿਸੇ ਤਰ੍ਹਾਂ ਦਾ ਅਸਰ ਪਾ ਸਕਦੀ ਹੈ ਉਹ ਬੁੱਕ ਆਈ ਡੋਟ ਨੋ ਮੈਨੂੰ ਐਕਚੁਲੀ ਅੱਜ ਹੀ ਪਤਾ ਲੱਗਿਆ ਥੋ ਤੋਂ ਵੀ ਬੁੱਕ ਨਿਕਲ ਰਹੀ ਰਿਲੀਜ਼ ਹੋ ਰਹੀ ਹੈਗੀ ਆ ਸੋ ਆਈ ਸੇ ਗੁੱਡ ਲੱਕ ਟੂ ਹਰ ਮੇ ਬੀ ਪੀਪਲ ਆਰ ਇੰਟਰਸਟਿਡ ਵੀ ਉਹ ਸੁਣਨ ਨੂੰ ਵੀ ਉਹ ਕੀ ਕਹਿ ਰਹੀ ਹੈਗੀ ਆ ਪਰ ਵੈਸੇ ਤਾਂ ਉਹ ਓਪਰਚੁਨਿਟੀ ਵੀ ਉਹਨੂੰ ਕਾਫੀ ਅੱਜ ਤੱਕ ਦਿੱਤੀ ਗਈ ਹੈਗੀ ਆ ਜਸਟਿਸ ਕਮੇਟੀ ਦੇ ਮੂਹਰੇ ਵੀ ਬੁਲਾਇਆ ਗਿਆ ਸੀਗਾ ਉੱਥੇ 5 ਘੰਟੇ ਕੁਐਸ਼ਨਿੰਗ ਨੋਨ ਸਟੋਪ ਚੱਲੀ ਹੈਗੀ ਆ ਕਦੇ ਵੀ ਕਿਸੇ ਵਿਟਨੈਸ ਨੂੰ ਇੰਨਾ ਟਾਈਮ ਨਹੀਂ ਦਿੱਤਾ ਗਿਆ ਹੈਗਾ ਪ੍ਰਾਈਮ ਮਿਨਿਸਟਰ ਨੇ ਵੀ ਵੇਵਰ ਦਿੱਤੇ ਸੀਗੇ ਕੈਬ ਉਹ ਇਸ ਇਸ਼ੂ ਬਾਰੇ ਡਿਸਕਸ ਕਰਨ ਲਈ ਓਪਨਲੀ ਆ ਕੇ ਗੱਲਬਾਤ ਕਰ ਸਕਦੇ ਸੀ ਉਹ ਵੀ ਐਸਐਨਸੀ ਲਾਵਲੈਂਡ ਬਾਰੇ ਗੱਲਬਾਤ ਕਰ ਸਕਦੇ ਸੀਗੇ ਸਪੈਸੀਫਿਕਲੀ ਐਂਡ ਉਹ ਵੀ ਅੱਜ ਤੱਕ ਯੂ ਨੋ ਦੈਟਸ ਵੈਰੀ ਰੇਅਰ ਇਫ ਐਨੀ ਗਵਰਨਮੈਂਟ ਟੂ ਗਿਵ ਸੋ ਯੂ ਨੋ ਸ਼ੀ ਹੈਜ਼ ਫਰੀਡਮ ਟੂ ਡੂ ਵਟ ਸ਼ੀ ਲਾਈਕਸ
ਪਰ ਆਈ ਥਿੰਕ ਐਂਡ ਆਫ ਦ ਡੇ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਪਾਲਿਸੀਜ਼ ਨੂੰ ਦੇਖਣਾ ਚਾਹੁੰਦੇ ਹੈਗੇ ਵੀ ਕਿਹੜੇ ਲੋਕ ਕਿਸ ਤਰ੍ਹਾਂ ਦੀ ਪਾਲਿਸੀਜ਼ ਲਿਆ ਸਕਦੇ ਹੈਗੇ, ਉਹਨਾਂ ਦਾ ਕਿਸ ਤਰ੍ਹਾਂ ਫਾਇਦਾ ਹੋ ਸਕਦਾ, ਐਂਡ ਇਸ ਇਸ਼ੂ ਦੇ ਵੀ ਆਲੇ ਦੁਆਲੇ ਇਹੀ ਇੱਕ ਮੇਜਰ ਫੈਕਟਰ ਸੀਗਾ, ਐਂਡ ਇਟ ਵਾਸ ਜੋਬਸ, ਰਾਈਟ? ਐਂਡ ਆਈ ਥਿੰਕ ਦੈਟ ਇਜ਼ ਵਟ every house I go to, they talk about jobs. Kali mai door knocking kar rahi si, and I was at an engineer's house, and aur ehi issue the mainu question kar rahe si ke oh keh rahe si ke bhi ki jadon koi kuch log koi bad decisions banonde hai gaya company de vich jo global firm hai gaya jide vich oh vi kam kar rahe si ke and ਅਸੀਂ ਇੰਨੇ ਕੁਆਲੀਫਾਈਡ ਲੋਕ ਹੈਗੇ ਹਾਂ ਜਿਹੜੇ ਇਸ ਕੰਪਨੀਜ਼ ਲਈ ਕੰਮ ਕਰਦੇ ਹਾਂ, ਕੁਛ ਗਲਤ ਨਹੀਂ ਕਦੇ ਵੀ ਕਰਦੇ, ਕਿ ਉਹਨਾਂ ਨੂੰ ਨਹੀਂ ਸਿਰਫ ਰਿਸਪੋਂਸਿਬਲ ਹੋਲਡ ਕੀਤਾ ਜਾਣਾ ਚਾਹੀਦਾ ਹੈਗਾ, ਨਾ ਕਿ ਸਾਨੂੰ ਸਾਰਿਆਂ ਨੂੰ, ਰਾਈਟ? ਐਂਡ ਆਈ ਥਿੰਕ ਦੈਟਸ ਵੇਅਰ ਦ ਆਰਗੂਮੈਂਟ ਇਜ਼ ਔਨ ਦੈਟ ਇਸ਼ੂ। ਸਮਾਂ ਹੋ ਰਿਹਾ ਜੀ ਬ੍ਰੇਕ ਦਾ, ਆਪਾਂ ਬ੍ਰੇਕ ਤੋਂ ਬਾਅਦ ਆਉਂਦੇ ਹਾਂ। ਸਮਾਂ ਹੋ ਰਿਹਾ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਰੂਬੀ ਜੀ, ਇੱਕ ਹੋਰ ਜਿਹੜਾ ਵੱਡਾ ਮੁੱਦਾ ਜਿਹੜੀ ਸਾਡੀ ਕਮਿਊਨਿਟੀ ਨੂੰ ਵੀ ਕਾਫੀ ਇਫੈਕਟ ਕਰਦਾ, ਉਹ ਹੈ ਇਮੀਗ੍ਰੇਸ਼ਨ ਦਾ। ਇੱਕ ਪਾਸੇ ਤਾਂ ਆਪਾਂ ਟਾਈਮਿੰਗ ਦੀ ਗੱਲ ਕਰਦੇ ਹਾਂ ਕਿ ਉਸ ਤੋਂ ਆਪਾਂ ਘਟਾਇਆ, ਨੋ ਡਾਊਟ ਜੋ ਤੁਸੀਂ ਚੀਜ਼ਾਂ ਕੀਤੀਆਂ ਨੇ ਉਹਨੂੰ ਅਪਰੀਸ਼ੀਏਟ ਕਰਨਾ ਵੀ ਬਣਦਾ, ਬਟ ਆਮ ਲੋਕਾਂ ਜੋ ਆਪਾਂ ਸੁਣ ਰਹੇ ਹਾਂ ਰੈਫਿਊਜੀਜ਼ ਨੂੰ ਲੈ ਕੇ, ਜਿਹੜਾ ਤੁਹਾਡਾ ਸਟੈਂਡ ਹੈਗਾ ਕਿ ਤੁਸੀਂ ਓਪਨ ਇਮੀਗ੍ਰੇਸ਼ਨ ਕਰਤੀ, ਜਿਹੜਾ ਆਉਂਦਾ ਆਉਣ ਦਿਓ, ਉਹਨਾਂ ਨੂੰ ਫਿਰ ਖੁੱਲ੍ਹੇ ਗੱਫੇ ਵੀ ਦਿੱਤੇ ਜਾ ਰਹੇ ਨੇ, ਅਤੇ ਆਮ ਜਿਹੜਾ ਸਿਟੀਜ਼ਨ ਜਿਹੜਾ ਇੱਥੋਂ ਕੈਨੇਡੀਅਨ ਹੈਗਾ, ਜਿਹੜਾ ਰੋਜ਼ ਸਵੇਰੇ ਆਪਣੀ ਮਿਹਨਤ ਕਰਦਾ, ਖੂਨ ਪਸੀਨੇ ਦੀ ਕਮਾਈ ਨਾਲ ਲਿਆਉਂਦਾ ਘਰੇ ਪੈਸੇ, ਉਹਨੂੰ ਇਨਸਿਕਿਉਰਿਟੀ ਮਹਿਸੂਸ ਹੋ ਰਹੀ ਹੈ, ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਆਈ ਥਿੰਕ ਲੋਕਾਂ ਨੂੰ ਆਪਣੇ ਅੰਦਰ ਚੱਕਣਾ ਚਾਹੀਦਾ ਹੈਗਾ ਆ, ਜਦੋਂ ਤੁਹਾਡੇ ਕੋਲ ਬਹੁਤ ਹੁੰਦਾ ਇੱਕ ਮੁਲਕ ਦੇ ਵਿੱਚ। ਲਾਈਕ ਰੀਸੈਂਟਲੀ ਇੱਕ ਸਟੋਰੀ ਕਿਸੇ ਨੇ ਮੈਨੂੰ ਦੱਸੀ ਸੀਗੀ ਵੀ ਜਦੋਂ ਆਈ ਵਾਜ਼ ਐਟ ਅ ਫੰਕਸ਼ਨ, ਸੇਵਾ ਫੂਡ ਬੈਂਕ ਦੇ ਫੰਕਸ਼ਨ 'ਚ ਸੀਗੀ, ਐਂਡ ਉੱਥੇ ਕਿਸੇ ਨੇ ਇੱਕ ਸਪੀਚ ਦਿੱਤੀ ਸੀਗੀ, ਐਂਡ ਜਦੋਂ ਤੁਸੀਂ ਹੋਰਾਂ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਹੋ, ਕਿਸੇ ਗਰੀਬ ਦੇ ਘਰ ਜਾਂਦੇ ਹੈਗੇ ਹੋ, ਉਹ ਹਮੇਸ਼ਾ ਤੁਸੀਂ ਦੇਖੋਗੇ ਉਹ ਆਪਦਾ ਬੈਸਟ ਲੈ ਕੇ ਤੁਹਾਨੂੰ ਲੈ ਕੇ ਆਊਗਾ, ਬੈਸਟ ਫੂਡ ਜਿਹੜਾ ਜੋ ਉਹ ਕਰ ਸਕਦਾ ਹੈਗਾ ਉਹ ਆਪਦੇ ਗੈਸਟ ਲਈ ਬੈਸਟ ਲੈ ਕੇ ਆਊਗਾ, ਹੈ ਨਾ? ਵੀ ਤੁਸੀਂ ਆਏ ਹੈਗੇ ਹੋ ਸਾਡੇ ਘਰ, ਇਹ ਸਾਡਾ ਬੈਸਟ ਆ, ਆਪ ਘੱਟ ਖਾਊਗਾ ਤੁਹਾਨੂੰ ਵੱਧ ਦਊਗਾ। ਜਦੋਂ ਇਸ ਕੰਟਰੀਜ਼ ਦੇ ਵਿੱਚ ਕਈ ਲੋਕ ਆਪਾਂ ਦੇਖਦੇ ਹੈਗੇ ਹਾਂ, ਰਾਈਟ, ਜਦੋਂ ਆਪਾਂ ਕੈਨ ਫੂਡ ਵੀ ਦਿੰਦੇ ਹਾਂ ਜਾਂ ਡੋਨੇਸ਼ਨਸ ਦਿੰਦੇ ਹੈਗੇ ਹਾਂ, ਆਪਾਂ ਆਪਣੇ ਕਬਰਡ ਦੇ ਵਿੱਚ ਦੇਖਦੇ ਹੈਗੇ ਹਾਂ ਵੀ ਜਿਹੜਾ ਆਲਮੋਸਟ ਐਕਸਪਾਇਰਡ ਹੈਗਾ ਜਾਂ ਆਪਾਂ ਨਹੀਂ ਖਾਣਾ ਹੈਗਾ ਆਪਾਂ ਉਹ ਦੇ ਦਈਏ, ਹੈ ਨਾ? ਆਪਾਂ ਜਿਹੜਾ ਵਧੀਆ ਹੈਗਾ ਆਪ ਰੱਖ ਲਈਏ। ਸੋ ਆਈ ਥਿੰਕ ਦਿਸ ਇਜ਼ ਐਨ ਇਸ਼ੂ ਦੈਟ ਵੀ ਨੀਡ ਟੂ ਆਲ ਟਾਕ ਅਬਾਊਟ ਅ ਲੋਟ ਮੋਰ ਐਂਡ ਲੁੱਕ ਇਨਸਾਈਡ ਆਵਰ ਸੈਲਵਸ, ਐਂਡ ਜੋ ਨੈਰੇਟਿਵ ਆ ਉਹ ਕਿਸੇ ਨੇ ਹਾਈਜੈਕ ਕਰ ਲਿਆ ਹੈਗਾ ਆ, ਜਿਹੜੇ ਲੋਕ ਨਹੀਂ ਚਾਹੁੰਦੇ ਹੈਗੇ ਇਮੀਗ੍ਰੇਸ਼ਨ ਨੂੰ, ਨਾ ਕਿ ਸਿਰਫ ਇਸ ਕੰਟਰੀ ਤੋਂ, ਕਿਉਂਕਿ ਇਸ ਕੰਟਰੀ ਦੇ ਵਿੱਚ ਤਾਂ ਮੈਨੂੰ ਜਨਰਲੀ ਲੱਗਦਾ ਲੋਕ ਬਹੁਤ ਚਾਹੁੰਦੇ ਹੈਗੇ ਨੇ, ਪਰ ਵੀ ਨੋ ਦੈਟ ਦਿਸ ਇੰਟਰਫੀਅਰੈਂਸ ਫਰੋਮ ਅਦਰ ਕੰਟਰੀਜ਼ ਇਜ਼ ਵੈਲ, ਆਪਣੀ ਸੋਚ ਬਦਲ ਰਹੇ ਹੈਗੇ ਨੇ ਲੋਕ, ਕਿਉਂਕਿ ਇਸ ਕੰਟਰੀ ਦੇ ਵਿੱਚ ਜਦੋਂ ਵੀਅਟਨਾਮੀਜ਼ ਆਏ ਸੀਗੇ ਉਸ ਤੋਂ ਵੱਧ ਨੰਬਰਸ ਦੇ ਵਿੱਚ ਆਏ ਸੀ, ਲੋਕਾਂ ਨੇ ਆਪਣੀਆਂ ਖੁੱਲ੍ਹੇ ਆਰਮਸ ਦੇ ਨਾਲ ਉਹਨਾਂ ਨੂੰ ਵੈਲਕਮ ਕੀਤਾ ਸੀ, ਉਹਨਾਂ ਨੇ ਇਸ ਕੰਟਰੀ ਦਾ ਹਿੱਸਾ ਬਣੇ ਹੈਗੇ ਨੇ, ਐਂਡ ਇਸ ਤੋਂ ਵੱਧ ਨੰਬਰਸ ਦੇ ਵਿੱਚ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਇਹ ਪਾਰਟੀ ਜਿੱਦਾਂ ਯਾ ਆਈ ਮੀਨ ਈਵਨ ਦ ਕੰਜ਼ਰਵੇਟਿਵਸ ਵਰ ਸੇਇੰਗ ਦੇ ਵਰ ਗੋਇੰ ਟੂ ਬ੍ਰਿੰਗ ਸੀਰੀਅਨਸ ਇਨ, ਰਾਈਟ? ਜਦੋਂ ਪਿਛਲੀ ਇਲੈਕਸ਼ਨ ਵੇਲੇ ਕੰਜ਼ਰਵੇਟਿਵਸ ਨੇ ਆਪਦਾ ਨੰਬਰ ਦਿੱਤਾ ਸੀ, ਉਸ ਟਾਈਮ ਤੇ ਬਹੁਤ ਮੰਗ ਸੀ ਕਮਿਊਨਿਟੀ ਦੇ ਵਿੱਚ ਵੀ ਸੀਰੀਅਨ ਰੈਫਿਊਜੀਜ਼ ਬੁਲਾਏ ਜਾਣ, ਸਾਡੇ ਕੈਂਪੇਨ ਆਫਿਸ ਦੇ ਵਿੱਚ ਵੀ ਲੋਕ ਆ ਰਹੇ ਸੀ, ਔਰਗਨਾਈਜੇਸ਼ਨ ਚਰਚਿਸ ਵੀ, ਅਸੀਂ ਸਪੋਂਸਰ ਪ੍ਰਾਈਵੇਟਲੀ ਇੱਕ ਰੈਫਿਊਜੀ ਨੂੰ ਕੀਤਾ ਹੋਇਆ, ਇੱਕ ਫੈਮਿਲੀ ਨੂੰ ਕੀਤਾ ਹੋਇਆ, ਪਲੀਜ਼ ਤੁਸੀਂ ਹੈਲਪ ਸਾਡੀ ਕਰ ਸਕਦੇ ਹੋ। ਆਮ ਲੋਕਾਂ ਨੂੰ ਇਹ ਪ੍ਰੋਬਲਮ ਨਹੀਂ ਹੈ ਕਿ ਰੈਫਿਊਜੀਜ਼ ਆ ਰਹੇ ਨੇ, ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਪਰਕਸ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ, ਘਰੇ ਬੈਠੇ ਬਿਠਾਏ ਉਹਨਾਂ ਨੂੰ ਇੱਕ ਹੈਂਡਸਮ ਅਮਾਊਂਟ ਜਿਹੜੀ ਦਿੱਤੀ ਜਾ ਰਹੀ ਹੈ, ਹਾਊਸਿੰਗ ਨੂੰ ਲੈ ਕੇ ਲੈ ਲਈਏ ਜਾਂ ਜਿਹੜੇ ਪਰਕ ਇਜ਼ ਨੋ ਡਿਫਰੈਂਟ ਦੈਨ ਇਟ ਐਵਰ ਹੈਜ਼ ਬੀਨ, ਸੋ ਸਾਡੀ ਸਰਕਾਰ ਨੇ ਪਰਕ ਇਨਕਰੀਸ ਨਹੀਂ ਕੀਤਾ ਹੈਗਾ। ਇੱਕ ਚੈਕੋਸਲੋਵਾਕੀਆ ਨਾਲ ਵੀ ਮੇਰੇ ਆਫਿਸ 'ਚ ਆਇਆ ਸੀਗਾ, ਉਹ 70s ਦੇ ਵਿੱਚ ਇੱਥੇ ਆਇਆ ਸੀਗਾ, ਹੀ ਕੇਮ ਔਨ ਅ ਪਲੇਨ ਰੈਫਿਊਜੀ ਪ੍ਰੀ ਅਪਰੂਵਡ ਆਇਆ ਸੀਗਾ, ਉਹਨੂੰ ਹੋਟਲ ਦੇ ਵਿੱਚ ਰਹਿਣ ਨੂੰ ਦਿੱਤਾ ਗਿਆ ਸੀ, ਉਹਦੇ ਸਾਰੇ ਜਿੰਨੇ ਵੀ ਚੈਕੋਸਲੋਵਾਕੀਆ ਸੀ ਉਹਨਾਂ ਨੂੰ ਹੋਟਲਾਂ ਦੇ ਵਿੱਚ ਰਹਿਣ ਨੂੰ ਦਿੱਤਾ ਗਿਆ ਸੀਗਾ, ਉਹਨਾਂ ਨੂੰ ਜੌਬ ਵੀ ਲੱਭ ਕੇ ਦਿੱਤੀ ਗਈ ਸੀ, ਉਸ ਤੋਂ ਬਾਅਦ ਉਹਨਾਂ ਨੂੰ ਖਰਚਾ ਵੀ ਖਾਣ ਪੀਣ ਦਾ ਦਿੱਤਾ ਜਾਂਦਾ ਸੀ ਉਸ ਟਾਈਮ ਦੇ ਵਿੱਚ। ਸੋ ਫਰਕ ਕੋਈ ਨਹੀਂ ਹੈ ਪਹਿਲਾਂ ਨਾਲ ਪਾਲਿਸੀਜ਼ ਤੇ ਹੁਣ, ਪਰ ਇਸ ਤਰ੍ਹਾਂ ਦਾ ਇੱਕ ਇਮੇਜ ਜਾ ਰਹੀ ਹੈ ਕਿ ਵੀ ਲਿਬਰਲਸ, ਕਿਉਂਕਿ ਲੋਕ ਜਿਹੜੇ ਯੂ ਨੋ ਇਸ ਇਸ਼ੂ ਨੂੰ ਆਪਾਂ ਨੂੰ ਇਸ ਇਸ਼ੂ ਤੋਂ ਜਾਂ ਹਮਦਰਦੀ ਤੋਂ ਕੰਪੈਸ਼ਨ ਤੋਂ ਦੂਰ ਕਰਨਾ ਚਾਹੁੰਦੇ ਹੈਗੇ ਨੇ, ਉਹ ਆਪਦਾ ਵਿਊ ਦਿਖਾਉਣਾ ਚਾਹੁੰਦੇ ਹੈਗੇ ਨੇ, ਦੇਰ ਆਰ ਲੋਟਸ ਆਫ ਪਲੇਅਰਸ ਇਨਵੋਲਵਡ ਦੈਟ ਫਾਲਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਸੋਸ਼ਲ ਮੀਡੀਆ 'ਤੇ ਜਿਹੜੀ ਅੱਜ ਕੱਲ੍ਹ ਸਪਰੈਡ ਹੁੰਦੀ ਹੈਗੀ ਆ। ਅੱਗੇ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਅੱਜ ਹਰੇਕ ਹੀ ਸਮਝਦਾ ਹੈਗਾ ਵੀ ਜੋ ਮੈਂ ਸੋਸ਼ਲ ਮੀਡੀਆ 'ਤੇ ਮੀਮ ਪਾ ਦੂੰਗਾ ਜਾਂ ਇਮੇਜ ਪਾ ਦੂੰਗਾ ਵੀ ਉਹੀ ਰਿਐਲਿਟੀ ਹੈਗੀ ਆ, ਰਾਈਟ? ਜਿਹੜੇ ਜਰਨਲਿਸਟ ਨੇ ਜਿਸ ਤਰ੍ਹਾਂ ਹੁਣ ਤੁਸੀਂ ਕੰਮ ਕਰ ਰਹੇ ਹੈਗੇ ਹੋ, ਆਈ ਥਿੰਕ ਯੂਅਰ ਇੰਡਸਟਰੀ ਇਜ਼ ਸਫਰਿੰਗ ਹਿਊਜ, ਬਿਕਾਜ਼ ਇੱਕ ਤਾਂ ਇੱਕ ਟਾਈਮ 'ਤੇ ਇੰਟੈਗਰਿਟੀ ਹੁੰਦੀ ਸੀਗੀ ਜਰਨਲਿਸਟ
ਦੇ ਵਿੱਚ ਔਰ ਰਿਸਰਚ ਕਰਕੇ ਆਪਦੀ ਸਟੋਰੀ ਪ੍ਰੈਜ਼ੈਂਟ ਕਰਦੇ ਸੀ ਵੀ ਫੈਕਟਸ ਐਂਡ ਫਿਗਰਸ ਕੀ ਹੈਗੇ ਨੇ। ਅੱਜ ਕੱਲ੍ਹ ਹਰ ਇੱਕ ਹੀ ਮੀਡੀਆ ਵਾਲਾ ਬਣਿਆ ਹੋਇਆ ਵੀ ਜੋ ਅਸੀਂ ਕਹਿ ਰਹੇ ਹੈਗੇ ਹਾਂ ਵੀ ਸੱਚਾਈ ਹੈਗੀ ਆ, ਕਿੰਨੀ ਫਾਲਸ ਇਨਫੋਰਮੇਸ਼ਨ ਮੇਰੇ ਕੋਲ ਰੋਜ਼ ਆਉਂਦੀ ਹੈਗੀ ਆ ਵਟਸਐਪ 'ਤੇ ਵੀ ਸੀਰੀਅਨਸ ਨੂੰ ਇੰਨਾ $100,000 ਦਾ ਸਾਲ ਦਿੱਤਾ ਜਾ ਰਿਹਾ ਹੈਗਾ। ਇਟਸ ਲਾਈਜ਼, ਇਟਸ ਆਲ ਲਾਈਜ਼। ਬਟ ਤੁਹਾਡੀ ਗਵਰਨਮੈਂਟ ਉਹਨੂੰ ਕੰਟਰਡਿਕਟ ਨਹੀਂ ਕਰ ਰਹੀ, ਉਸਨੂੰ ਕੱਟ ਨਹੀਂ ਰਹੀ ਕਿ ਵੀ ਗੱਲ ਗਲਤ ਹੈਗੀ। ਇਟਸ ਵੈਰੀ ਹਾਰਡ, ਜਿਹੜੀ ਨੈਗੇਟਿਵ ਖਬਰ ਹੁੰਦੀ ਹੈਗੀ ਆ ਉਹ ਇੰਨੀ ਤੇਜ਼ੀ ਦੇ ਨਾਲ ਫੈਲਦੀ ਹੈਗੀ ਆ ਵੀ ਅਸੀਂ ਭਾਵੇਂ ਕੋਠੇ ਤੇ ਚੜ੍ਹ ਕੇ ਚੀਕੀਏ, ਨੋਬਡੀ ਵਾਂਟਸ ਟੂ ਲਿਸਨ ਟੂ ਪੋਜ਼ਿਟਿਵ ਨਿਊਜ਼, ਦੇ ਆਲ ਵਾਂਟ ਟੂ ਲਿਸਨ ਟੂ ਨੈਗੇਟਿਵ ਨਿਊਜ਼। ਸੋ ਆਈ ਥਿੰਕ ਇਹੀ ਸਾਡੇ ਚੈਲੰਜ ਹੋਊਗਾ ਸਾਡੇ ਲਈ ਇਸ ਇਲੈਕਸ਼ਨ ਦੇ ਵਿੱਚ ਵੀ ਅਸੀਂ ਲੋਕਾਂ ਤੱਕ ਜਿਹੜੀ ਸਹੀ ਖਬਰ ਆ ਉਹ ਪਹੁੰਚਾਈਏ। ਜਿਹੜੇ 25 to 30 ਹਜ਼ਾਰ ਜਿਹੜੇ ਗਵਰਨਮੈਂਟ ਸਪੋਂਸਰਡ ਰੈਫਿਊਜੀ ਸੀਗੇ ਉਸ ਟਾਈਮ 'ਤੇ, ਜਿਹੜੇ ਪ੍ਰੀ ਕਲੀਅਰ ਜਿਹੜੇ UN ਦੇ ਰੈਫਿਊਜੀ ਸੀਗੇ ਜਿਨ੍ਹਾਂ ਦੇ ਘਰ ਨਹੀਂ ਸੀਗੇ, ਕੈਂਪਸ ਦੇ ਵਿੱਚੋਂ ਲੈ ਆਏ ਹੈਗੇ ਨੇ, ਉਸ ਤਰ੍ਹਾਂ ਦੀ ਹਾਲਤ ਦੇ ਵਿੱਚ ਆਈ ਥਿੰਕ ਕੋਈ ਵੀ ਨਹੀਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈਗਾ। ਸਮਾਂ ਸਾਡੇ ਕੋਲ ਬਹੁਤ ਘੱਟ ਹੈ, ਸਵਾਲ ਮੇਰੇ ਬਹੁਤ ਜ਼ਿਆਦਾ ਨੇ, ਪਰ ਇਹ ਸਭ ਤੋਂ ਜ਼ਰੂਰੀ ਗੱਲ ਕਰਨ ਵਾਲੀ ਹੈਗੀ ਹੈ। ਸਭ ਤੋਂ ਹਾਟ ਇਸ਼ੂ ਹੈਗਾ ਐਂਡ ਬਹੁਤ ਮਿਸਰੈਪ੍ਰੈਜੈਂਟੇਸ਼ਨ ਹੋ ਰਹੀ ਹੈਗੀ ਹੈ ਇਸ ਇਸ਼ੂ 'ਤੇ। ਸੋ ਸਿਰਫ ਗਵਰਨਮੈਂਟ ਸਪੋਂਸਰਡ ਰੈਫਿਊਜੀਜ਼ ਨੂੰ 1 ਸਾਲ ਦੀ ਹੈਲਪ ਕੀਤੀ ਜਾਂਦੀ ਸੀ, ਬਾਕੀ ਯੂ ਵਿਲ ਨਾਟ ਬਿਲੀਵ ਕਿੰਨੇ ਔਰਗਨਾਈਜੇਸ਼ਨਸ ਨੇ, ਕਿੰਨੇ ਵੈਲ ਡੂਅਰਸ ਨੇ, ਚਰਚਿਸ ਨੇ, ਲੋਕ ਖੁਦ ਪ੍ਰਾਈਵੇਟਲੀ ਸਪੋਂਸਰ ਕੀਤੇ ਹੈਗੇ ਨੇ। ਜਿਸ ਤਰ੍ਹਾਂ ਆਪਣੇ ਸਿੱਖ ਐਂਡ ਹਿੰਦੂ ਰੈਫਿਊਜੀਜ਼ ਜਿਹੜੇ ਅਫਗਾਨਿਸਤਾਨ ਤੋਂ ਆਏ ਹੈਗੇ ਨੇ, ਉਹ ਆਪਣੇ ਲੋਕ ਸਪੋਂਸਰ ਕਰ ਰਹੇ ਹੈਗੇ ਨੇ, ਉਸ ਤਰ੍ਹਾਂ ਹੀ ਜਿਹੜੀ ਮੈਜੋਰਿਟੀ ਸੀਗੇ ਉਹ ਪ੍ਰਾਈਵੇਟਲੀ ਸਪੋਂਸਰ ਕੀਤੇ ਗਏ ਨੇ, ਗਵਰਨਮੈਂਟ ਨੇ ਉਹਨਾਂ ਨੂੰ ਕੁਛ ਨਹੀਂ ਦਿੱਤਾ ਹੈਗਾ। ਐਂਡ 1 ਸਾਲ ਤੋਂ ਬਾਅਦ ਵੀ ਉਹ ਵੀ ਕੱਟ ਆਫ ਹੋ ਜਾਂਦਾ। ਠੀਕ ਹੈ ਜੀ, ਲੋਟ ਆਫ ਦਮ ਆਰ ਹੈਵ देयर ਓਨ ਬਿਜ਼ਨੈਸਸ ਐਂਡ ਡੂਇੰਗ ਵੈਰੀ ਵੈਲ ਜੀ। ਮੈਰਿਜੁਆਨਾ ਲੀਗਲਾਈਜ਼ ਹੋਈ ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਤੇ ਜਿਹੜੇ ਹੁਣ ਇਨੀਸ਼ੀਅਲ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ, ਜਿਹੜੇ ਸਰਵੇਜ਼ ਹੋ ਰਹੇ ਨੇ, ਉਹਨੂੰ ਉਹ ਇਸ ਲੀਗਲਾਈਜੇਸ਼ਨ ਨੂੰ ਇੱਕ ਫੇਲੀਅਰ ਦੱਸ ਰਹੀਆਂ ਨੇ। ਤੁਸੀਂ ਵੀ ਉਸੇ ਕੌਕਸ 'ਚ ਬੈਠੇ ਹੋ, ਉਸੇ MP ਨੇ ਜਿਨ੍ਹਾਂ ਨੇ ਕਿਹਾ ਸੀ ਕਿ ਯੈਸ ਲੀਗਲਾਈਜ਼ ਹੋਣਾ ਚਾਹੀਦਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂ ਦੱਸ ਰਹੇ ਹੈਗੇ ਫੇਲੀਅਰ, ਕੈਨ ਯੂ ਐਕਸਪਲੇਨ ਮੋਰ? ਉਹ ਇਸ ਕਰਕੇ ਕਿ ਵੀ ਜਿਹੜੇ ਲੋਕ ਪਹਿਲਾਂ ਕਦੇ ਯੂਜ਼ ਕਰਦੇ ਨਹੀਂ ਸੀ ਹੁੰਦੇ, ਲੈਟਸ ਸੇ ਪਿਛਲੇ ਸਾਲ ਕਰੀਬਨ 3,27,000 ਲੋਕ ਯੂਜ਼ ਕਰਦੇ ਹੁੰਦੇ ਸੀ, ਮੈਰਿਜੁਆਨਾ ਦਾ ਸੇਵਨ ਕਰਦੇ ਹੁੰਦੇ ਸੀ, ਇਸ ਸਾਲ ਉਹ 6,46,000, ਕਲੋਜ਼ ਟੂ ਡਬਲ ਉਹ ਹੋ ਗਏ ਨੇ। ਜਿਹੜੇ ਪਹਿਲਾਂ ਨਹੀਂ ਸੀ ਕਰਦੇ ਉਹ ਕਰਨ ਲੱਗ ਪਏ ਨੇ, ਜਾਂ ਫਿਰ 15% 15% ਵਿੱਚ ਇਜ਼ ਕਲੋਜ਼ ਟੂ 500,000 ਲੋਕ ਇਹ ਕਹਿੰਦੇ ਨੇ। ਇਹ ਕਿਹੜੀ ਸਟੱਡੀ ਸੀ? ਇਹ ਮੈਂ ਤੁਹਾਨੂੰ ਦੱਸਦਾ, ਇਸ ਸਟਾਰ ਵਾਲਿਆਂ ਨੇ ਆਪਣੀ ਰਿਪੋਰਟ ਕੀਤੀ ਹੈ, ਮੈਂ ਤੁਹਾਨੂੰ ਉਹਦੇ ਐਗਜ਼ੈਕਟ ਫਿਗਰ ਵੀ ਦੱਸਦਾ। ਟੋਰਾਂਟੋ ਸਟਾਰ ਨੇ ਕੀਤੀ ਹੈ, ਮੈਨੂੰ ਪਤਾ ਸੀ ਤੁਸੀਂ ਇਹ ਲੈ ਕੇ ਆਉਂਗੇ, ਤਾਂ ਹੀ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ। ਕਰੀਬਨ 500,000 ਦੇ ਆਸ ਪਾਸ ਲੋਕਾਂ ਨੇ ਕਿਹਾ ਕਿ ਡਰਾਈਵ ਕਰਨ ਤੋਂ 2 ਘੰਟੇ ਦੇ ਪਹਿਲਾਂ, 2 ਘੰਟੇ ਦੇ ਵਿੱਚ ਵਿੱਚ ਉਹਨਾਂ ਨੇ ਸੇਵਨ ਕੀਤਾ ਮੈਰਿਜੁਆਨਾ ਦਾ। ਕਾਫੀ ਵੱਡੀ ਮਾਤਰਾ ਵਿੱਚ ਲੋਕ ਕੰਮ ਤੇ ਬੈਠੇ ਨੇ, ਉੱਥੇ ਜਾਣਗੇ ਜਾਂ ਜਾ ਚੁੱਕੇ ਨੇ, ਤੇ ਉੱਥੇ ਉਹਨਾਂ ਦੇ ਮੈਰਿਜੁਆਨਾ ਦੇ ਸੇਵਨ ਕਰ ਰਹੇ ਨੇ। ਸੋ ਇਹ ਲੀਗਲਾਈਜ਼, ਜਿੱਥੇ ਤਾਂ ਆਪਾਂ ਲੀਗਲਾਈਜ਼ ਕੀਤਾ ਸੀਗਾ ਪਹਿਲਾਂ ਕਿ ਵੀ ਜਿਹੜੇ ਆਮ ਲੋਕ ਤੇ ਇਲੀਗਲ ਹੋ ਰਿਹਾ, ਮੈਡੀਸਨਲ ਪਰਪਸ ਕਹਿ ਲਈਏ, ਕੁਛ ਕਹਿ ਲਈਏ, ਉਦੋਂ ਕਰ ਤੋਂ ਲੀਗਲ, ਬਟ ਜਿਹੜੇ ਲੋਕ ਇਸ ਨੂੰ ਅਵੋਇਡ ਕਰਦੇ ਸੀਗੇ ਉਹਨਾਂ ਦੀ ਉਹਨਾਂ ਨੂੰ ਤੱਕਿਆ ਜਾ ਰਿਹਾ ਹੈਗਾ ਮੈਰਿਜੁਆਨਾ ਲੈਣ ਲਈ ਜੀ। That's I find that interesting because I have lots of friends and colleagues myself jo marijuana use karde hain ya nahi use karde hain, you know, you bump into lots of different types of people. And I think jo numbers tu si keh rahe hain ya kuch galat hain ne, is to zyada log use karde hain ya te pehla bhi kar rahe sige, I kafi low numbers lag rahe hain mainu jehde tu si das rahe hain. Inhone ek survey kita, jo earlier study kita gaya siga, about 40% of the population in Canada had admitted to using marijuana at some point. Much higher, in the millions already. Admit kar chuke hege ne bhi oh marijuana nu kise na kise waqt te use kita siga. So je tusi prohibition nu dekh lo, jadon sharab band kiti gayi si jaan kuch hor, ki oh successful reha siga, sharab fir vi black market te viki gayi hegi ya. Itthe vi jo saadi sab to vaddi problem hegi ya, oh black market di problem hegi ya. So liberals ne inu legalize ta nahi kita hega bhi sanu koi khushi hundi hegi ya lokan nu dekh ke bhi tusi marijuana karo. Samate, it's quite the opposite. I don't want to see anyone do marijuana, right? But we're seeing it. Our stats were already showing higher numbers than what you're telling me. The Canadians have at one time or another, maybe they weren't regular users, so maybe that's why there's a difference in numbers, but at one time or another, they have tried marijuana. So, jo policy kise country de vich, jadon koi mann hi nahi reha hai ga, that becomes a failure. You have to start thinking, BS policy nu apa kis tarah improve kariye, right? So through tax money for marijuana, educate kita ja raha hai ga, we're trying our best to regulate the market, so jo product hai ga wo saaf hove, clean hove, na ki kise drug dealer to tusi khareedya hoya jinnan nu terrorism ja koi gun sales ja hor vi jinne vi crimes nu wo fund kar dene is cheez de through, ohna nu fund kariye apa. After that, jo apne youth hai ge, om one of the highest users sige is country de vich compared to other countries. So there's a problem we have here, right? Already inu accept kita ja raha si. I think education is the key. At one point when I was growing up,
cigarette smoking was very very common in high schools, mm-hmm. right? Smoking mm-hmm. section banaya hunda siga sare hi bahut bachche aake smoke karde sige. And horn oh cheez nu curb kita gaya hai through educational campaigns. Rupi ji, sama bahut, so that will be funded through this. Tusi door knock kar rahe ho lokan kol ja rahe ho aap todi riding de vich kahiye ta kede mudde ne kinne ek log khush ne ya nave mudde kede unna de hage ne. Dekho, this is a mudda that came up at a, that's why I'm talking about it. It's an important issue, right? It came up at a seniors event I went to recently. And, you know, we want to make sure, bijere 18 saal to thalle hage ne, cha age bhi assi nahi pe kiti, Ontario ne pe kiti hagi ab di age, 21 saal bhi rakh sakde si hai. Par jo us age to thalle nahi bhi, oh bilkul hi na karan te onna nu educate kita jave, kyunki onna te negative effects ho sakde hage ne. Te baki jere drug dealers apne bachya nu schoolan ch vech rahe hage ne, I'm saying to all your viewers to apne bachya na gal baat karo, bhi marijuana ki pichle October to onna de schoolan de vich vikan lagi hagi hai, no. I talk to students every day and marijuana onna de schoolan de vich vik rahi si. We want to stop those people kyunki jehda retail professional retail seller hoga oh schoolan de mure jaake khad ke nahi sell karuga, right? Baki assi penalty jo hegi ja youth nu marijuana vechi jandi hegi ya onu 15 saal saza kar ditti hegi ya, because we don't want bhi apni youth jo unna de nal ho reya siga bhi oh hove hun apa nahi control karne waste bhi kai steps chak rahe hain. It's a regulation method, right? So unregulated bahut jyada chal reya siga, we have to regulate it, we have to educate. Maafi chahna sama sanu ho reya. We wish you all the best for the upcoming elections. Thank you. So, ASAN Brampton North to Mojuda MP at the Liberal Sarkar, the only elections was the Umidwara Ruby Sota. As he asked Karden Tuanu Galbat, interesting like Yogi, to see up Nesajaz, Rulik Pejana Sano to the messages due decregi. On Menu de Jazat, to see Vekero Prime Asia TV, to Adapna, to Adeli.